ਬੁਆਏਫ੍ਰੈਂਡ ਨਾਲ ਮਿਲ ਕੇ ਪਤਨੀ ਨੇ ਮਾਰਤਾ ਪਤੀ। ਪਤੀ ਰਾਜ ਰੋੜਾ ਮੰਨਦੀ ਸੀ ਪਤਨੀ। ਪਿਆਰ ਨਾਲ ਪਹਿਲਾਂ ਕਿਸੇ ਚੀਜ਼ ਚ ਮਿਲਾ ਕੇ ਕਰਵਾਤਾ ਨਸ਼ਾ। ਬੇਸੁੱਧ ਹੋਣ ਤੋਂ ਬਾਅਦ ਸਰਾਣੇ ਨਾਲ ਦੱਬਤਾ ਪਤੀ ਦਾ ਮੂੰਹ। ਭਿਆਨਕ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਪਤਨੀ ਨੇ ਆਪਣੇ ਪਤੀ ਦਾ ਕਤਲ ਆਪਣੇ ਬੁਆਏਫ੍ਰੈਂਡ ਦੇ ਨਾਲ ਮਿਲ ਕੇ ਕੀਤਾ ਹੈ। ਮਲੋੜ ਦੇ ਪਿੰਡ ਆਲਮਵਾਲਾ ਦਾ ਇਹ ਮਾਮਲਾ ਜਿੱਥੇ ਜਸਕੌਰ ਸਿੰਘ ਦਾ ਕਤਲ ਕਰ ਦਿੱਤਾ ਗਿਆ ਹੈ। ਦਰਅਸਲ ਜਸਕੌਰ ਸਿੰਘ ਦੇ ਘਰ ਦਾ ਨਾਮ ਸੋਨੂ ਸੀ, ਜੋ ਕਿ ਆਲਮਵਾਲਾ ਦਾ ਰਹਿਣ ਵਾਲਾ ਸੀ। ਇਸ ਦਾ ਵਿਆਹ ਕਿਰਨ ਦੇ ਨਾਲ ਹੋਇਆ। ਕਿਰਨ ਦੇ ਨੈਣ ਕਿਤੇ ਹੋਰ ਲੜ ਗਏ ਸੀ, ਜਿਸ ਤੋਂ ਬਾਅਦ ਕਿਰਨ ਨੇ ਆਪਣੇ ਬੁਆਏਫ੍ਰੈਂਡ ਦੇ ਨਾਲ ਇੱਕ ਪਲੈਨ ਬਣਾਇਆ। ਦੋਹੇ ਜਸਕੌਰ ਸਿੰਘ ਨੂੰ ਆਪਣੇ ਰਾਹ ਦਾ ਰੋੜਾ ਮੰਨਦੇ ਸੀ। ਪਹਿਲਾਂ ਕਿਰਨ ਦੇ ਬੁਆਏਫ੍ਰੈਂਡ ਨੇ ਜਸਕੌਰ ਸਿੰਘ ਦਾ ਭਰੋਸਾ ਜਿੱਤਿਆ, ਕਿਸੇ ਬਹਾਨੇ ਉਸ ਦਾ ਜ਼ਿਗਰੀ ਯਾਰ ਬਣ ਗਿਆ, ਘਰ ਆਉਣ ਜਾਣ ਲੱਗ ਪਿਆ। ਕਿਰਨ ਅਤੇ ਬੋਏ ਉਸ ਦਾ ਬੁਆਏਫ੍ਰੈਂਡ ਘਰ ਦੇ ਵਿੱਚ ਹੀ ਮਿਲਣ ਲੱਗ ਪਏ। ਫਿਰ ਦੋਹਾਂ ਨੇ ਮਿਲ ਕੇ ਪਲੈਨ ਬਣਾਇਆ ਕਿ ਜਸਕੌਰ ਸਿੰਘ ਦਾ ਰਾਹ ਤੋਂ ਹਟਾਇਆ ਜਾਵੇ। ਫਿਰ ਜਸਕੌਰ ਸਿੰਘ ਨੂੰ ਘਰ ਦੇ ਵਿੱਚ ਵੜ ਕੇ ਪਹਿਲਾਂ ਤਾਂ ਉਸਨੂੰ ਪਿਆਰ ਪਿਆਰ ਦੇ ਨਾਲ ਨਸ਼ਾ ਕਰਵਾਇਆ, ਜਿਸ ਕਰਕੇ ਜਸਕੌਰ ਸਿੰਘ ਬੇਹੋਸ਼ ਹੋ ਗਿਆ। ਜਦੋਂ ਬੇਸੁੱਧ ਹੋ ਗਿਆ ਤਾਂ ਪਤਨੀ ਨੇ ਅਤੇ ਉਸਦੇ ਆਸ਼ਕ ਨੇ ਮਿਲ ਕੇ ਸਰਾਣੇ ਦੇ ਨਾਲ ਉਸਦਾ ਸਾਹ ਘੁੱਟ ਦਿੱਤਾ, ਜਿਸ ਕਰਕੇ ਜਸਕੌਰ ਸਿੰਘ ਦੀ ਮੌਤ ਹੋ ਗਈ। ਅਤੇ ਬਾਅਦ ਦੇ ਵਿੱਚ ਸਬੂਤ ਮਿਟਾਉਣ ਦੇ ਲਈ ਇਹਨਾਂ ਨੇ, ਇਸ ਪ੍ਰੇਮੀ ਜੋੜੇ ਨੇ, ਪਤਨੀ ਕਿਰਨ ਅਤੇ ਉਸਦੇ ਬੁਆਏਫ੍ਰੈਂਡ ਨੇ ਮਿਲ ਕੇ ਜਸਕੌਰ ਸਿੰਘ ਦੇ ਕੱਪੜੇ ਨਹਿਰ ਦੇ ਵਿੱਚ ਸੁੱਟ ਦਿੱਤੇ। ਤਾਂ ਘਿਨਾਉਣਾ ਅਪਰਾਧ ਕਰਨ ਤੋਂ ਬਾਅਦ ਦੋਨੇ ਫਰਾਰ ਸੀ ਅਤੇ ਹੁਣ ਪੁਲਿਸ ਦੇ ਵੱਲੋਂ ਦੋਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਪੁਲਿਸ ਦੇ ਗ੍ਰਿਫਤ ਦੇ ਵਿੱਚ ਇਹ ਦੋਹੇ ਜਣੇ ਉਹੀ ਹੈ ਜਿਨ੍ਹਾਂ ਨੇ ਜਸਕੌਰ ਸਿੰਘ ਦਾ ਕਤਲ ਕੀਤਾ ਹੈ। ਅਤੇ ਹੁਣ ਦੋਨੇ ਇਕੱਠੇ ਜੇਲ੍ਹ ਜਾਣਗੇ ਅਤੇ ਹੁਣ ਇੱਕ ਰਿਸ਼ਤੇ ਦਾ ਵੀ ਅੰਤ ਹੋਇਆ ਅਤੇ ਇਹਨਾਂ ਦੋਹਾਂ ਦੀ ਆਸ਼ਕੀ ਦਾ। ਥਾਣਾ ਕੱਬਰਵਾਲਾ ਦੇ ਤਹਿਤ ਪਿੰਡ ਹੈਗਾ ਇੱਕ ਆਲਮਵਾਲਾ, ਉੱਥੇ ਸਾਨੂੰ 17 ਤਾਰੀਖ ਨੂੰ ਇੱਕ ਇਤਲਾਹ ਮਿਲੀ ਸੀ ਕਿ ਇੱਕ ਡੈੱਡ ਬੋਡੀ ਘਰ ਦੇ ਵਿੱਚ ਪਈ ਹੋਈ ਸੀ। ਉਸਕੇ ਬਾਅਦ ਮੈਂ ਸਾਡੇ DSP ਲੰਬੀ ਫਤਿਹ ਸਿੰਘ ਬਰਾੜ, SHO ਕੱਬਰਵਾਲਾ ਰਣਜੀਤ ਸਿੰਘ ਔਰ ਇਹਨਾਂ ਦੀ ਟੀਮ ਨੇ ਬਿਲਕੁਲ ਪ੍ਰੋਂਪਟਲੀ ਐਕਸ਼ਨ ਕਰਕੇ ਔਰ ਉੱਥੇ ਮੌਕਾ ਮੁਆਇਨਾ ਕੀਤਾ। ਇਨੀਸ਼ਲ ਸਟੇਜ ਦੇ ਵਿੱਚ ਅਸੀਂ 174 ਕੀ ਕਾਰਵਾਈ ਕੀਤੀ ਸੀ, ਲੇਕਿਨ ਪੁਲਿਸ ਆਪਣਾ ਥੋਰੋਲੀ ਇਨਵੈਸਟੀਗੇਸ਼ਨ ਕਰਕੇ 18 ਤਾਰੀਖ ਨੂੰ ਅਸੀਂ ਮਰਡਰ ਕੇਸ ਰਜਿਸਟਰ ਕੀਤਾ। ਇਹਦੇ ਵਿੱਚ ਅਸੀਂ 2 ਅਕਿਊਜ ਹੁਣ ਤੱਕ ਫੜ ਚੁੱਕੇ ਹੈਗੇ, ਜੋ ਮਰਨ ਵਾਲਾ ਹੈਗਾ ਜਸਕੌਰ, ਉਸਕੀ ਵਾਈਫ ਕੁਲਦੀਪ ਕੌਰ ਔਰ ਇੱਕ ਉਸਕਾ ਫਰੈਂਡ ਜਗਮੀਤ ਸਿੰਘ, ਦੋਨਾਂ ਨੇ ਮਿਲ ਕੇ ਔਰ ਜਸਕੌਰ ਕੌਰ ਕਾ ਮਰਡਰ ਕੀਤਾ ਸੀ। ਉਸਕੇ ਬਾਅਦ ਮੈਂ ਇਹਨਾਂਨੇ ਕਿਸੇ ਨੂੰ ਸ਼ੱਕ ਨਾ ਹੋ ਇਸਕੀ ਬਿਨਾਹ ਪੇ ਇਹਨਾਂਨੇ ਉੱਥੇ ਉਸਕੇ ਮੋਦਾ ਪਟਕ ਕੇ ਔਰ ਇੱਕ ਸਿਰਿੰਜ ਵੀ ਉੱਥੇ ਰੱਖ ਦੀ ਉਸਕੇ ਕੋਲ ਕਿ ਸਭੀ ਨੂੰ ਇਹ ਲੱਗੇ ਕਿ ਇਸਕੀ ਡਰੱਗ ਸੇ ਡੈਥ ਹੋਈ ਹੈਗੀ। ਉਸਕੇ ਬਾਅਦ ਮੈਂ ਇਸਕੇ ਬਲੱਡ ਵੀ ਨਿਕਲਿਆ ਸੀ ਕਿਉਂਕਿ ਇਹਨਾਂਨੇ ਸਿਰਾਣੇ ਕੇ ਜੋ ਤਕੀਆ ਹੁੰਦਾ ਹੈ ਉਸੇ ਇਸਕਾ ਗਲਾ ਦਬਾ ਕੇ ਔਰ ਮਰਡਰ ਕੀਤਾ ਸੀ। ਤੋ ਕੰਨ ਦੇ ਵਿੱਚ ਕੁਛ ਖੂਨ ਵੀ ਨਿਕਲਿਆ ਸੀ, ਤੋ ਇਹਨਾਂ ਨੇ ਕੱਪੜੇ ਚੇਂਜ ਕਰਕੇ ਉਹ ਕਿਸੇ ਕੈਨਾਲ ਦੇ ਵਿੱਚ ਫੈਂਕ ਦਿੱਤੇ ਸੀ, ਉਹ ਵੀ ਅਸੀਂ ਰਿਕਵਰ ਕਰ ਲਈ ਹੈਗੇ ਔਰ ਇਹਨਾਂ ਨੂੰ ਦੂਜੇ ਕੱਪੜੇ ਪਹਿਨਾ ਕੇ ਔਰ ਚਲੇ ਗਏ ਸੀ। ਤੋ ਇਹ ਸਾਡੀ ਕੱਬਰਵਾਲਾ ਪੁਲਿਸ ਕੀ ਇੱਕ ਬਹੁਤ ਵੱਡੀ ਕਾਮਯਾਬੀ ਹੈਗੀ ਕਿ ਬਲਾਇੰਡ ਮਰਡਰ ਨੂੰ ਵਿਦਇਨ 24 ਆਵਰਸ ਅਸੀਂ ਟਰੇਸ ਕਰਨ ਦੇ ਵਿੱਚ ਸਫਲ ਹੋਏ ਹੈਗੇ। ਜੋ ਲੇਡੀਜ਼ ਹੈਗੀ ਕੁਲਦੀਪ ਕੌਰ, ਇਸਕੇ ਖਿਲਾਫ ਅਭੀ ਅਸੀਂ ਰੀਸੈਂਟਲੀ ਦਸੰਬਰ ਦੇ ਵਿੱਚ ਵੀ ਇੱਕ ਐਕਸਾਈਜ਼ ਐਕਟ ਕੇ ਤਹਿਤ FIR ਲੌਂਚ ਕੀਤੀ ਸੀ।
ਇਸਕੇ ਖਿਲਾਫ ਇੱਕ ਐਫ ਆਈ ਆਰ ਹੈਗਾ ਜੀ ਰਿਗਾਰਡਿੰਗ ਐਕਸਾਈਜ਼ ਐਕਟ ਦੀ ਰਿਕਵਰੀ ਹੈਗੀ ਉਹਦੇ ਵਿੱਚ ਜੋ ਦਸੰਬਰ 2023 ਦੇ ਵਿੱਚ ਅਸੀਂ ਐਫ ਆਈ ਆਰ ਕੀਤਾ। ਦੇਖੋ ਜੀ ਦੋ ਹੈਗੇ ਜੋ ਅਕਿਊਜ਼ ਮੈਂ ਤੁਹਾਨੂੰ ਦੱਸਿਆ ਹੈਗਾ ਕੁਲਦੀਪ ਕੌਰ ਇੱਕ ਜਗਮੀਤ ਸਿੰਘ ਇਹਨਾਂ ਨੇ ਦੋਨੋਂ ਨੇ ਹੀ ਮਿਲ ਕੇ ਇਸਕਾ ਮਰਡਰ ਕੀਤਾ ਹੈਗਾ। ਬੇਸਿਕਲੀ ਜੋ ਕੁਲਦੀਪ ਕੌਰ ਗਿਆ ਇਸਕੇ ਜਗਮੀਤ ਸਿੰਘ ਨਾਲ ਇਲਿਸਿਟ ਰਿਲੇਸ਼ਨ ਐਸਟੈਬਲਿਸ਼ ਹੋ ਗਏ ਸੀ, ਇਸਕੇ ਲਈ ਦੋਨੋਂ ਆਪਸ ਦੇ ਵਿੱਚ ਇੱਕ ਦੂਸਰੇ ਕੇ ਸਾਥ ਰਹਿਣਾ ਚਾਹੁੰਦੇ ਸੀ, ਤੋ ਇਸੀ ਵਜ੍ਹਾ ਰੰਜਿਸ ਕੇ ਇਹਨਾਂ ਨੇ ਜਸਕੌਰ ਕੌਰ ਕਾ ਮਰਡਰ ਕੀਤਾ। ਦੋਨੇ ਅਰੈਸਟ ਹੋ ਗਏ? ਹਾਂ ਜੀ, ਦੋਨੋਂ ਅਕਿਊਜ਼ ਅਸੀਂ ਅਰੈਸਟ ਕਰ ਲਈਏ। ਜਗਮੀਤ ਸਿੰਘ ਹੈਗਾ ਜੋ ਇੱਕ ਡਿੱਪਾ ਵਾਲੀ ਹੈਗਾ ਫਾਜ਼ਿਲਕਾ ਦੇ ਵਿੱਚ ਉੱਥੋਂ ਰਹਿਣ ਵਾਲਾ ਹੈਗਾ, ਇਹ ਲਾਸਟ ਡੇਢ ਦੋ ਮੰਥ ਸੇ ਜੋ ਮਰਨ ਵਾਲਾ ਹੈਗਾ ਔਰ ਜਗਮੀਤ ਆਪਸ ਮੇਂ ਇੱਕ ਦੂਸਰੇ ਕੇ ਫਰੈਂਡ ਬਣੇ ਸੀ, ਉਸਕੇ ਬਾਅਦ ਮੇਂ ਮਰਨ ਵਾਲੇ ਕੇ ਵਾਈਫ ਕੇ ਸਾਥ ਇਸਕੇ ਸੰਬੰਧ। ਨਹੀਂ, ਐਜ ਆਫ ਨਾਓ ਦੇਖੋ ਵੀ ਇਨਵੈਸਟੀਗੇਸ਼ਨ ਹੈਗਾ ਵੀ ਫੜੇ ਹੈਗੇ ਬੰਦੇ, ਉਹ ਡਿਟੇਲ ਅਸੀਂ ਫਿਰ ਵੈਰੀਫਾਈ ਕਰਾਂਗੇ।